ਇੱਥੋਂ ਦਾ ਜਿਹੜਾ ਮਾਹੌਲ ਹੈ ਉਹ ਆਪ ਇਸ ਚੀਜ਼ ਨੂੰ ਬਿਆਨ ਕਰ ਰਹੇ ਕਿ ਅਸੀਂ ਖਾਸ ਔਨ ਲੋਕੇਸ਼ਨ 'ਤੇ ਆਏ ਹਾਂ ਅਤੇ ਨਾਲ ਦੇ ਨਾਲ ਅਸੀਂ ਫੇਸਬੁੱਕ 'ਤੇ ਵੀ ਆਪਣੇ ਫੈਨਸ ਜਿਹੜੇ ਨੇ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਕੋਲ ਲਾਈਵ ਜਾ ਰਹੇ ਹਾਂ। ਸਭ ਤੋਂ ਪਹਿਲੇ ਇੱਥੋਂ ਦੇ ਜਿਹੜੇ ਕਰਤਾ ਧਰਤਾ ਨੇ ਅਨੂਪ ਭਾਅ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਅਨੂਪ ਭਾਅ ਜੀ ਕੀ ਹਾਲ ਨੇ? ਥੈਂਕ ਯੂ ਜੀ, ਥੈਂਕ ਯੂ, ਬਹੁਤ ਵਧੀਆ ਸਰ। ਪੀ ਟੀ ਸੀ ਹਮੇਸ਼ਾ ਸਾਨੂੰ ਸਪੋਰਟ ਕਰ ਰਿਹਾ ਐਂਡ ਪਹੁੰਚ ਗਿਆ ਸੀ ਲੋਕੇਸ਼ਨ 'ਤੇ ਸਾਨੂੰ ਕਵਰ ਕਰਨ ਵਾਸਤੇ। ਭਾਅ ਜੀ, ਜਾਣਨਾ ਚਾਹਾਂਗੇ ਮਾਹੌਲ ਇੱਥੇ ਪਹਿਲੇ ਕੀ ਬਣਿਆ, ਕਿ ਗਾਣੇ ਦਾ ਸ਼ੂਟ ਚੱਲ ਰਿਹਾ, ਫਿਲਮ ਦਾ ਚੱਲ ਰਿਹਾ, ਕੀ ਸਰ? ਇਹ ਗਾਣੇ ਦਾ ਸ਼ੂਟ ਚੱਲ ਰਿਹਾ ਜੀ, ਸੌਂਗ ਕਰ ਰਹੇ, ਇੱਕ ਇੰਡੀਪੈਂਡੈਂਟ ਸੌਂਗ ਹੈ, ਸਿੰਗਲ ਟਰੈਕ ਹੈ। ਔਰ ਇਸ ਗਾਣੇ ਦੀ ਖੂਬਸੂਰਤੀ ਇਹ ਹੈ ਕਿ ਇਹਨੂੰ ਗਾਇਆ ਹੈ ਜੀ ਜੀਸ਼ਾਨ, ਇੱਕ ਆਰਟਿਸਟ ਨੇ ਜਿਨ੍ਹਾਂ ਨੇ ਹੇਟ ਸਟੋਰੀ 3 ਦੇ ਵਿੱਚ ਗਾਣਾ ਗਾਇਆ ਸੀ, ਆਪਣਾ ਪਹਿਲਾ ਡੈਬਿਊ ਕੀਤਾ ਸੀਗਾ ਬਾਲੀਵੁੱਡ ਦੇ ਵਿੱਚ। ਉਹਨਾਂ ਦਾ ਪਹਿਲਾ ਪੰਜਾਬੀ ਟਰੈਕ ਆ ਰਿਹਾ, ਬਹੁਤ ਹੀ ਬਿਹਤਰੀਨ ਸੌਂਗ ਹੈ ਐਂਡ ਉਹਨੂੰ ਚਾਰ ਚਾਂਦ ਲਗਾਉਣ ਲਈ ਸਾਡੀ ਟੀਮ ਦੇ ਕੁਛ ਸਟਾਰਸ ਨੇ ਜੀ, ਜਿਹਦੇ ਵਿੱਚ ਮੇਰੇ ਦੋਸਤ ਨੇ ਨਵ ਬਾਜਵਾ ਜੀ, ਉਹਨਾਂ ਨੇ ਸਪੈਸ਼ਲੀ ਟਾਈਮ ਕੱਢਿਆ ਐਂਡ ਫੀਚਰ ਕੀਤਾ ਹੈ। ਐਂਡ ਮੇਰੀ ਸੂਫੀ ਸਪੈਰੋ ਟੀਮ ਦੇ ਵਿੱਚੋਂ ਰੂਪ ਜੀ ਨੇ ਇਸ ਦੇ ਵਿੱਚ ਐਕਟ ਕੀਤਾ ਹੈ ਐਂਡ ਇਟ ਵਿਲ ਬੀ ਐਂਟਾਇਰਲੀ ਡਿਫਰੈਂਟ ਸਟੋਰੀ। ਤੁਹਾਨੂੰ ਮਜ਼ਾ ਆਏਗਾ ਦੇਖ ਕੇ, ਸੁਣ ਕੇ, ਗਾਣਾ ਸੁਣ ਕੇ, ਮਤਲਬ ਥੋੜ੍ਹਾ ਜਿਹਾ ਵੱਖਰਾ ਕੁਛ ਕੋਸ਼ਿਸ਼ ਕਰ ਰਹੇ ਹਾਂ। ਵੀਡੀਓ ਇਸ ਦੀ ਕੰਟਰੈਕਟ ਕਰ ਰਿਹਾ ਆਪਣੀ ਟੀਮ ਨਾਲ ਵੀ ਇੰਟਰੋਡਿਊਸ ਦੇ ਵਿੱਚ। ਸਰ ਮੈਂ ਟੇਪ ਹੈਡ ਦੀ ਪੂਰੀ ਟੀਮ ਹੈ ਸਰ, ਸਰਬਜੀਤ ਜੀ ਨੇ, ਮੈਂ ਨੇ, ਅਮਨ ਕਲਸੀ ਨੇ ਜੀ, ਟੇਪ ਹੈਡ ਇਹਨਾਂ ਦੀ ਕੰਪਨੀ ਹੈ ਜਿਨ੍ਹਾਂ ਨੇ ਕ੍ਰੀਏਟ ਕੀਤੀ ਔਰ ਮੇਰੇ ਬਹੁਤ ਸਾਰੇ ਵੀਡੀਓਜ਼ ਕਰ ਰਹੇ ਨੇ ਔਰ ਬਾਕੀ ਇਹ ਦੱਸਣਗੇ ਕਿ ਵਾਟ ਐਗਜੈਕਟਲੀ ਦੇ ਆਰ ਸ਼ੂਟਿੰਗ ਨਿਊ। ਭਾਅ ਜੀ ਕੀ ਇੱਥੇ, ਕਿਉਂਕਿ ਆਫਿਸ ਦਾ ਮਾਹੌਲ ਹੈ, ਕੀ ਸ਼ੂਟ ਆਫਿਸ ਦੇ ਰਿਗਾਰਡਿੰਗ ਹੀ ਹੈ ਕੁਝ? ਹਾਂਜੀ ਹਾਂਜੀ, ਭਾਈ ਨੇ ਸਾਨੂੰ ਸੌਂਗ ਸੁਣਾਇਆ ਸੀਗਾ, ਜਿਵੇਂ ਤੁਹਾਨੂੰ ਸਾਰਾ ਦੱਸ ਦਿੱਤਾ ਉਹਨਾਂ ਨੇ ਵੀ ਕਿਵੇਂ ਕੌਣ ਗਾ ਰਿਹਾ ਵਾ ਅਤੇ ਕਿਹੜੇ ਕਿਹੜਾ ਸਟਾਰ ਇਹ 'ਚ ਐਕਟ ਕਰ ਰਿਹਾ। ਅਤੇ ਇਹਨਾਂ ਨੇ ਸੌਂਗ ਸੁਣਾਇਆ ਸੀ ਤਾਂ ਉਹਦੀ ਜਿਹੜੀ ਸਟੋਰੀ ਵਗੈਰਾ ਬਣਾਈ ਆ ਉਹ ਬਿਲਕੁਲ ਜਿਵੇਂ ਕਹਿੰਦੇ ਬਿਜ਼ਨਸਮੈਨ ਐਂਡ ਆਲ ਸਾਰਾ ਨਾ ਉੱਦਾਂ ਦੀ ਮਾਡਰਨ ਸਟੋਰੀ ਟਾਈਪ ਰੱਖਿਆ ਹੋਇਆ ਦਾ ਸਾਰਾ ਕੰਸੈਪਟ, ਅਤੇ ਉਹਦੇ ਲਈ ਪਰਫੈਕਟ ਲੋਕੇਸ਼ਨ ਵਗੈਰਾ ਐਂਡ ਸਭ ਭਾਈ ਨੇ ਅਰੇਂਜ ਕਰਕੇ ਦੇ ਦਿੱਤੀਆਂ ਸੀ ਜਿੱਦਾਂ ਦੀ ਸਾਡੀਆਂ ਰਿਕੁਆਇਰਮੈਂਟ ਸੀਗੀਆਂ। ਅਤੇ ਹੁਣ ਵੀਡੀਓ ਨੂੰ ਅੱਜ ਕਹਿੰਦੇ ਆ ਫਸਟ ਸੀਕੁਐਂਸ ਸਾਰਾ ਸ਼ੂਟ ਹੋ ਚੁੱਕਿਆ, ਅੱਜ ਰਾਤ ਨੂੰ ਅਸੀਂ ਸੈਕਿੰਡ ਸੀਕੁਐਂਸ ਸ਼ੂਟ ਕਰ ਰਹੇ ਹਾਂ ਅਤੇ ਹੋਪਫੁਲ ਇਹ ਵੀ ਵਧੀਆ ਤਰੀਕੇ ਨਾਲ ਸ਼ੂਟ ਹੋ ਜੂਗਾ। ਮੋਰਨਿੰਗ ਵਾਲਾ ਬਹੁਤ ਵਧੀਆ ਸ਼ੂਟ ਹੋ ਚੁੱਕਿਆ, ਜਿੱਦਾਂ ਸੋਚਿਆ ਸੀ ਸਾਰਾ ਉੱਦਾਂ ਹੀ ਪਲਾਨ ਹੋ ਗਿਆ। ਅਤੇ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਜੋ ਇਸ ਵਿੱਚ ਫੀਚਰ ਕਰ ਰਹੇ ਨੇ ਖਾਸ ਕਲਾਕਾਰ, ਉਹ ਇੱਥੇ ਆਪਣੀ ਪ੍ਰੈਕਟਿਸ ਕਰ ਰਹੇ ਨੇ, ਅਸੀਂ ਉਹਨਾਂ ਨੂੰ ਵੀ ਥੋੜ੍ਹਾ ਡਿਸਟਰਬ ਕਰਨਾ ਚਾਹਾਂਗੇ। ਨਵ ਭਾਅ ਜੀ ਕੀ ਹਾਲ ਨੇ? ਬਹੁਤ ਵਧੀਆ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਐਂਡ ਰੂਪ, ਯੂ ਆਲਸੋ ਵੈਲਕਮ ਜੀ ਆਇਆਂ ਨੂੰ। ਥੈਂਕ ਯੂ ਸੋ ਮਚ, ਥੈਂਕ ਯੂ। ਭਾਅ ਜੀ ਤੁਹਾਨੂੰ ਫਿਲਮ ਵਿੱਚ ਵੇਖਿਆ, ਤੁਸੀਂ ਇਸ ਤੋਂ ਪਹਿਲੇ ਨਜ਼ਰ ਆਏ ਸੀ ਰੁਪਿੰਦਰ ਹਾਂਡਾ ਹੋਣਾ ਦੇ ਗੀਤ ਵਿੱਚ ਵੀ, ਇਸ ਵਿੱਚ ਵੀ ਫੀਚਰ ਕਰ ਰਹੇ ਹੋ, ਇਸ ਗਾਣੇ ਵਿੱਚ ਕੁਝ ਦੱਸਣਾ ਚਾਹੋਗੇ? ਇਟ ਇਜ਼ ਨੋਟ ਲੈਸ ਦੈਨ ਅ ਫਿਲਮ, ਐਕਚੁਅਲੀ ਫਿਲਮ ਨਾਲੋਂ ਘੱਟ ਨਹੀਂ ਹੈ ਗਾਣਾ, ਕਿਉਂਕਿ ਜਦੋਂ ਇਹਦੀ ਵੀਡੀਓ ਬਾਹਰ ਨਿਕਲੇਗੀ ਤੁਸੀਂ ਦੇਖੋਗੇ ਇਹਦੇ ਜਿਹੜਾ ਸ਼ੂਟ ਕੀਤਾ ਹੋਇਆ, ਜਿਹੜੀ ਟੈਕਨੀਕਸ ਨੇ, ਨੋਟ ਲੈਸ ਦੈਨ ਅ ਫਿਲਮ। ਔਰ ਦੂਸਰੀ ਗੱਲ, ਜੀ ਸ਼ੋਨ ਨੇ ਗਾਇਆ, ਇਜ਼ ਅ ਵੈਰੀ ਵੈਰੀ ਗੁੱਡ ਫਰੈਂਡ ਅਤੇ ਕਮਾਲ ਦੇ ਸਿੰਗਰ ਹੈਗੇ ਨੇ, ਉਹਨਾਂ ਦਾ ਟਰੈਕ ਤੁਸੀਂ ਸੁਣੋਗੇ ਐਂਡ ਯੂ ਵਿਲ ਬੀ ਅਮੇਜ਼ਡ। ਅਤੇ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਟਰੈਕ ਨੂੰ ਮਤਲਬ ਕਰਨ ਤੋਂ, ਐਂਡ ਅਨੂਪ ਜੀ ਇਜ਼ ਅ ਫੈਂਟੈਸਟਿਕ ਪਰਸਨ। ਅਤੇ ਸੁਰਾਂ ਦੀ ਮਲਿਕਾ ਰੂਪ ਵੀ ਸਾਡੇ ਨਾਲ ਹੈ। ਰੂਪ, ਤੁਹਾਡੇ ਉੱਤੇ ਕਿੰਨੇ ਗਾਣੇ, ਜਿਹਨੂੰ ਕਹਿੰਦੇ ਤੁਸੀਂ ਆਪ ਐਲਬਮ ਵੀ ਕੀਤੀ, ਗੀਤ ਵੀ ਕੀਤੇ, ਇਸ ਵਿੱਚ ਸਿਰਫ ਤੁਸੀਂ ਫੀਚਰ ਕਰ ਰਹੇ ਹੋ ਜਾਂ ਕੁਝ ਗਾ ਵੀ ਰਹੇ ਹੋ? ਨਹੀਂ, ਐਕਚੁਲੀ ਇਹ ਸੌਂਗ ਜ਼ੀਸ਼ਾਨ ਕਾ ਹੈ, ਪਹਿਲੇ ਮੈਂ ਇਹ ਬਤਾ ਦਿੱਤੀ ਹੂੰ। ਬਿਊਟੀਫੁਲ ਸੌਂਗ ਔਰ ਬਹੁਤ ਹੀ ਖੂਬਸੂਰਤ ਗਾਤਾ ਹੈ ਵੋ ਲੜਕਾ, ਔਰ ਮੇਰੀ ਖੁਦ ਕੀ ਇਹ ਖਵਾਹਿਸ਼ ਸੀ ਕਿ ਮੈਂ ਉਸਕੇ ਇਸ ਗਾਣੇ ਕੇ ਅੰਦਰ ਇਨੈਕਟ ਕਰੂੰ, ਤੋ ਆਈ ਐਮ ਜਸਟ ਫੀਚਰਿੰਗ ਇਨ ਦ ਸੌਂਗ, ਆਈ ਜਸਟ ਲਵ ਦਿਸ ਟਰੈਕ। ਪਰ ਤੁਸੀਂ ਇੱਥੇ ਮੌਜੂਦ ਹੋ ਅਤੇ ਅਨੂਪ ਭਾਅ ਜੀ ਨੇ ਜਿਵੇਂ ਤੁਹਾਨੂੰ ਨਾਂ ਦਿੱਤਾ ਸੂਫੀ ਸਪੈਰੋਜ਼ ਦਾ, ਅਤੇ ਵੰਗਾ ਗੀਤ ਤੁਹਾਡਾ ਹਾਲ ਫਿਲਹਾਲ ਵਿੱਚ ਬੜਾ ਹੀ ਪਾਪੂਲਰ ਹੋਇਆ, ਪਹਿਲੇ ਤਾਂ 2-7 ਉਸਦੀਆਂ ਸੁਣਨਾ ਚਾਹਾਂਗੇ। ਬਿਲਕੁਲ, ਹੋਵੇ ਵਨ ਜਾ ਰਿਹਾ ਵੰਗਾ ਵਾਲਿਆ, ਵੰਗਾ ਲੈ ਕੇ ਜਾਵੇ ਸਜਣਾ ਦੇ ਮੈਂ ਰੰਗ ਵਿੱਚ ਰੰਗਣਾ, ਸੂਹਾ ਲਾਲ ਵਖਾਵੇ ਮੈਂ ਦੀਵਾਨੀ ਉਹਦੀਆਂ, ਮੈਨੂੰ ਕੋਜੀ ਕਮਲੀ ਕਹਿੰਦੇ ਨੇ, ਪਰ ਜਗ ਦੀ ਫਿਕਰ ਨਾ ਕਾਈ ਜਿਨ੍ਹਾਂ ਦੇ ਸੱਜਣ ਦਿਲ ਵਿੱਚ ਰਹਿੰਦੇ ਨੇ। ਬੁੱਲੇ ਤੋਂ ਘੁੰਗਰੂ ਮੰਗਵਾ ਦੇ, ਤੁੰਬਾ ਮੀਰਾ ਦਾ ਖੜਕਾ ਦੇ, ਕੋਈ ਅਨਹਦ ਨਾਦ ਵਜਾ ਦੇ ਵੇ, ਮੈਂ ਅਰਜ਼ ਗੁਜ਼ਾਰਦੀਆਂ ਵੰਗਾਂ ਚੜਾ ਲਓ ਕੁੜੀਓ ਮੇਰੇ ਦਾਤਾ ਦੇ ਦਰਬਾਰ ਦੀਆਂ, ਵੰਗਾਂ ਚੜਾ ਲਓ ਕੁੜੀਓ ਮੇਰੇ ਸਾਈਆਂ ਦੇ ਦਰਬਾਰ ਦੀਆਂ। ਥੈਂਕ ਯੂ ਸੋ ਮਚ। ਤੇ ਨਵ, ਕਿੰਨਾ ਕੁ ਔਖਾ ਰਹਿੰਦਾ ਹੈ ਕਿ ਇੱਕ ਜਦ ਗੀਤ ਹੈ ਉਹਦੀ ਸ਼ੂਟਿੰਗ ਬਾਕਾਇਦਗੀ ਨਾਲ ਚੱਲਦੀ ਰਹਿੰਦੀ ਹੈ, ਫਿਲਮ ਦੇ ਹਵਾਲੇ ਨਾਲ ਜੇ ਗੱਲ ਕਰੀਏ ਜਾਂ ਇੱਕ ਸੌਂਗ ਵਿੱਚ ਫੀਚਰ ਕਰਨਾ, ਦੋਨਾਂ ਵਿੱਚ ਜ਼ਿਆਦਾ ਕੰਪਲੈਕਸ ਕੀ ਲੱਗਦਾ? ਦੇਖੋ, ਕੰਮ ਹੁੰਦਾ ਭਾਵੇਂ ਗਾਣਾ ਹੈ ਭਾਵੇਂ ਫਿਲਮ ਹੈ, ਮਿਹਨਤ ਸਾਡੀ ਸਾਰਿਆਂ ਦੀ ਉਨੀ ਲੱਗਦੀ ਇਹਦੇ ਵਿੱਚ। ਆਈ ਥਿੰਕ ਇਹ ਜ਼ਿਆਦਾ ਫਾਇਦੇਮੰਦ ਰਹਿੰਦਾ ਕਿ ਇਹ ਸਾਨੂੰ ਵੀ ਪਤਾ ਹੁੰਦਾ ਕਿ ਇਹਦੇ ਵਿੱਚ ਕੰਟੈਂਟ ਆਏ, ਸੋ ਅਸੀਂ ਫਰੀ ਮਾਇੰਡ ਹੋ ਕੇ ਸਿਰਫ ਇਹਦੇ 'ਤੇ ਕੰਸਨਟਰੇਟ ਕਰਦੇ ਹਾਂ। ਵੈਰ ਇਜ਼ ਇਨ ਦਾ ਫਿਲਮ ਤੁਹਾਨੂੰ ਇੱਕ ਕਰੈਕਟਰ ਪਕੜਨਾ ਹੈ ਪੂਰਾ, ਥਰੂ ਆਊਟ 1.5 ਮਹੀਨਾ 2 ਮਹੀਨੇ ਉਹਨੂੰ ਜੀਣਾ ਹੈ, ਮਤਲਬ ਜ਼ਿਆਦਾ ਹੀ ਐਕਚੁਅਲੀ 6 ਮਹੀਨੇ, ਉਹ ਅਲੱਗ ਚੀਜ਼ ਆ।
सो आई एम रियली कंफर्टेबल विद द टीम, मैं बहुत मजा आ रहा एक्चुअली इतने, बट इन्होंने जो गाना गाया मतलब मैं खुद फैन असि होर इन्हों को गीत सुना कि मैं पूरी लिस्ट लेके आया, पर अज डॉली असं जरूर मिस इतने कर रहे हैं। तो जिमें हरीश भाजी का हमने गाना आया पॉपुलर भी बड़ा होया, तो भी कुछ इरादा बन रहा है? बना दोगे मेरे हिसाब से। आई विश आई कुड सिंग, बट जिदा की आवाज़ है मैं लगता है मैंने डायलॉग ज़्यादा अच्छे बोलने चाहिए ने, तो उस पर कॉन्सनट्रेट करना चाहिए। बट मैं फिल्म एज प्रोड्यूसर मैं आ रहा हूँ, मेरी फिल्म आ रही है इश्का जो मैं प्रोड्यूस की है, सो आई थिंक बीइंग एन एक्टर एंड अ प्रोड्यूसर इटसेल्फ इज़ अ वेरी बिग जॉब, तो सिंगर तो फिर हम देखते हैं अगे। सूफी स्पैरोज हूँ कि गीत सू नज़र आएंगे, ਕਿਹੜਾ ਲੋਕ ਰੰਗ ਮੈਂ ਕਹਾਂਗਾ ਜਾਂ ਸੂਫੀ ਦਾ ਰੰਗ ਜਿਹੜਾ ਉਹ ਪੇਸ਼ ਕਰਨ ਨਾਲ? ਅਸੀਂ ਸੂਫੀ ਸੌਂਗ ਇੱਕ ਹੋਰ ਲੈ ਕੇ ਆ ਰਹੇ ਹਾਂ ਬਹੁਤ ਛੇਤੀ, ਬਟ ਉਹਦੇ ਲਈ ਹਾਲੇ ਡਿਟੇਲਸ ਮੈਂ ਉਹਦੀ ਦੱਸ ਨਹੀਂ ਸਕਦੀ, ਬਟ ਬਹੁਤ ਛੇਤੀ ਅਸੀਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਵਧੀਆ ਜਿਹਾ ਟਰੈਕ ਲੈ ਕੇ ਆ ਰਹੇ ਹਾਂ। ਅਤੇ ਤੁਹਾਡਾ ਇੱਕ ਗੀਤ ਭਾਵੇਂ ਪਾਕਿਸਤਾਨੀ ਗੀਤ ਹੈ ਪਰ ਮੈਂ ਤਾਂ ਤੁਹਾਡੇ ਕਹਾਂ ਕਿਉਂਕਿ ਤੁਹਾਡੀ ਆਵਾਜ਼ ਵਿੱਚ ਬੜਾ ਖੂਬਸੂਰਤ ਉਹ ਲੱਗਿਆ, ਉਹਦੇ ਵੀ ਜੇ ਦੋ ਲਾਈਨਾਂ ਸੁਣਾ ਦਿਓ। ਲਾਈਆਂ ਲਾਈਆਂ ਮੈਂ ਤੇਰੇ ਨਾਲ ਢੋਲਣਾ, ਲਾਈਆਂ ਲਾਈਆਂ ਮੈਂ ਤੇਰੇ ਨਾਲ ਢੋਲਣਾ ਵੇ, ਲਾਈਆਂ ਲਾਈਆਂ ਮੈਂ ਤੇਰੇ ਨਾਲ ਢੋਲਣਾ, ਇੱਕ ਦਿਲ ਸੀ ਰਿਹਾ ਮੇਰੇ ਕੋਲ ਨਾ ਵੇ, ਮੈਂ ਲੁੱਟੀ ਗਈਆਂ ਢੋਲਣਾ ਵੇ, ਮੈਂ ਲੁੱਟੀ ਗਈਆਂ, ਲਾਈਆਂ 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 ਲਾਈਆਂ। ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ PTC ਮਿਊਜ਼ਿਕ ਅਵਾਰਡ ਦੇ ਵਿੱਚ ਜਿਹੜਾ ਅਵਾਰਡ ਦਿੱਤਾ ਗਿਆ ਪ੍ਰੋਮਿਸਿੰਗ ਫੀਮੇਲਸ ਦਾ, ਉਹ ਹੁਣ ਲੱਗ ਰਿਹਾ ਕਿ ਬਿਲਕੁਲ ਸਹੀ ਅਵਾਰਡ ਦਿੱਤਾ ਗਿਆ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਅੱਛਾ ਮੈਂ ਇੱਕ ਚੀਜ਼ ਜ਼ਰੂਰ ਬੋਲਣਾ ਚਾਹੂੰਗੀ, ਹੀ ਇਜ਼ ਅ ਬ੍ਰਿਲੀਅੰਟ ਐਕਟਰ ਐਂਡ ਵੈਰੀ ਹੰਬਲ ਪਰਸਨ, ਇਹ ਮੇਰਾ ਫਸਟ ਟਾਈਮ ਹੈ ਮੈਂ ਕਿਸੇ ਗਾਣੇ ਕੇ ਅੰਦਰ ਫੀਚਰ ਕਰੂੰਗੀ, ਹੀ ਇਜ਼ ਗ੍ਰੇਟ, ਐਂਡ ਹਮਾਰੀ ਜੋ ਡਾਇਰੈਕਟਰ ਟੀਮ ਹੈ ਟੇਪ ਹੈ, ਦੇ ਆਰ ਸੁਪਰ, ਆਈ ਐਮ ਵੈਰੀ ਹੈਪੀ ਵਿਦ ਦ ਟੀਮ। ਅਤੇ ਜਿਵੇਂ ਤੁਸੀਂ ਇਸ਼ਕਾ ਦਾ ਵੀ ਜ਼ਿਕਰ ਕਰ ਰਹੇ ਹੋ, ਕੁਝ ਉਸ ਬਾਰੇ ਵੀ ਜਾਣਨਾ ਚਾਹਾਂਗੇ, ਅਤੇ ਕਿਰਦਾਰ ਏ ਸਰਦਾਰ ਦਾ ਲੁੱਕ ਵੀ ਤੁਹਾਡਾ ਸਾਹਮਣੇ ਆਇਆ, ਉਹਦੀ ਸ਼ੂਟਿੰਗ ਕਦੋਂ ਤੋਂ ਸ਼ੁਰੂ ਹੋ ਰਹੀ ਆ, ਹੋ ਚੁੱਕੀ ਹੈ? ਅਸੀਂ ਕਿਰਦਾਰ ਏ ਸਰਦਾਰ ਦੀ ਸ਼ੂਟ ਫਸਟ ਸ਼ੈਡਿਊਲ ਖਤਮ ਹੋ ਗਿਆ, ਔਰ ਬਹੁਤ ਕਮਾਲ ਦਾ ਕੋਨਸੈਪਟ ਹੈ ਬੋਕਸਿੰਗ ਉੱਤੇ ਹੈ, ਕਿਉਂਕਿ ਫਤਿਹ 'ਚ ਲੋਕਾਂ ਨੇ ਮੈਨੂੰ ਮਾਰਸ਼ਲ ਆਰਟ ਕਰਦੇ ਦੇਖਿਆ ਸੀ, ਨਾਊ ਆਮ ਕਮਿੰਗ ਐਜ਼ ਅ ਬੋਕਸਰ, ਉਹਦੇ ਵਾਸਤੇ ਥੋੜ੍ਹੀ ਫਿਜ਼ੀਕ 'ਤੇ ਵੀ ਕੰਮ ਹੋਇਆ, ਔਰ ਇੱਕ ਸਰਦਾਰ ਬੋਕਸਿੰਗ ਨਹੀਂ ਕਰ ਸਕਦਾ, ਓਲੰਪਿਕ ਐਸੋਸੀਏਸ਼ਨ ਦਾ ਰੂਲ ਹੈ, ਉਹਦੇ ਉੱਤੇ ਫਿਲਮ ਬਣੀ ਹੈ, ਔਰ ਇਸ਼ਕਾ ਜੋ ਮੇਰੀ ਆਪਣੀ ਪ੍ਰੋਡਕਸ਼ਨ ਹੈ ਸਪਲਿਟ ਪਰਸਨੈਲਿਟੀ ਦੇ ਉੱਤੇ ਵੇ, ਇੱਕ ਡਿਫਰੈਂਟ ਕੋਨਸੈਪਟ ਲੈ ਕੇ ਆ ਰਿਹਾ, ਔਰ ਇਹਦੇ 'ਚ ਮਿਸਟਰ ਪੰਜਾਬ ਅਮਨਦੀਪ ਸਿੰਘ ਉਹਨੂੰ ਵੀ ਲਾਂਚ ਕੀਤਾ ਹੈ ਨਾਲ, ਐਂਡ ਕਰਮਜੀਤ ਅਨਮੋਲ, ਸ਼ਵਿੰਦਰ ਮਹਿਲ ਜੀ, ਸ਼ਰਮਾ ਜੀ, ਐਵਰੀਬਡੀ ਇਜ਼ ਦੇਅਰ, ਸੋ ਜਲਦੀ ਨੈਕਸਟ ਈਅਰ 4 ਫਿਲਮਾਂ ਆਉਣ ਵਾਲੀਆਂ ਨੇ ਮੇਰੀਆਂ, ਪੰਜਾਬੀ ਬਾਏ ਨੇਚਰ ਇੱਕ ਹੋਰ ਫਿਲਮ, ਇਸ਼ਕਾ, ਕਿਰਦਾਰੇ ਸਰਦਾਰ, ਐਂਡ ਤੇਰੀ ਮੇਰੀ। ਅਤੇ ਰੂਪ ਵੀ ਮਿੰਨੀ ਪੰਜਾਬ ਵਿੱਚ ਪਹਿਲੇ ਕੰਮ ਕਰ ਚੁੱਕੇ ਨੇ ਗੁਰਦਾਸ ਮਾਨ ਸਾਹਿਬ ਦੇ ਨਾਲ, ਤੁਹਾਡਾ ਵੀ ਇਰਾਦਾ ਕੁਛ ਹੈ ਕਿਉਂਕਿ ਐਸੋਸੀਏਸ਼ਨ ਹੁਣ ਹੋਈ ਹੈ? ਮੈਂ ਦੱਸਣਾ ਐਕਚੁਲੀ, ਅੱਜ ਹੀ ਮੈਂ ਸਵੇਰੇ, ਕਿਉਂਕਿ ਮੈਂ ਜਦੋਂ ਸੀ ਵਾਟ ਹੈਪਨ, ਇੱਕ ਮਾਡਲ ਔਰ ਇੱਕ ਐਕਟਰਸ ਵਿੱਚ ਫਰਕ ਹੁੰਦਾ ਐਂਡ ਅ ਸਿੰਗਰ, ਬਟ ਸ਼ੀ ਹੈਜ਼ ਆਲ ਦ 3 ਕੈਪੇਬਿਲਿਟੀਜ਼, ਅ ਗੁੱਡ ਲੁਕਸ, ਅ ਗੁੱਡ ਸਿੰਗਰ ਐਂਡ ਅ ਗੁੱਡ ਐਕਟਰੈਸ। ਤਾਂ ਮੈਂ ਇਹਨਾਂ ਨੂੰ ਬੈਠਾ ਸੀ, ਮੈਂ ਕਿਹਾ ਯਾਰ ਮੇਰੀ ਨਾ ਇੱਕ ਬਿਕੋਜ਼ ਆ ਰਾਈਟ ਆਲਸੋ, ਮੈਂ ਕਿਹਾ ਮੈਂ ਇੱਕ ਸਟੋਰੀ ਲਿਖੀ ਹੈ ਵਿਚ ਵੈਰੀ ਮੱਚ ਸੂਟਸ ਔਨ ਯੂ, ਮੈਂ ਇਹਨਾਂ ਨੂੰ ਲਾਈਨ ਵੀ ਸੁਣਾਈ ਅੱਜ ਸਾਰੀ ਸਵੇਰੇ, ਐਂਡ ਆਈ ਬਿਲੀਵ ਵੀ ਆਰ ਸਪੋਜ਼ ਟੂ ਡੂ ਦੈਟ ਵੈਰੀ ਸੂਨ। ਤੁਹਾਡੇ ਵੱਲੋਂ ਅੱਜ PTC ਦੇ ਜ਼ਰੀਏ ਹਾਂ ਹੈ ਉਸ ਲਈ ਕਿ ਨਹੀਂ? ਹਾਂਜੀ ਮੈਂ ਬਿਲਕੁਲ ਜੀ, ਬਿਲਕੁਲ ਮੇਰੀ ਹਾਂ ਹੈ, ਬਾਕੀ ਜੈਸੇ ਜੋ ਬਾਕੀ ਬਜਟ ਦੇ ਬਾਰੇ ਅਨੂਪ ਜੀ ਨਾਲ, ਹਾਂਜੀ ਉਹ ਅਨੂਪ ਜੀ ਬਾਤ ਕਰੇਗੀ। ਚਲੋ ਤੁਸੀਂ ਆਪਣਾ ਸ਼ੂਟ ਕੰਟੀਨਿਊ ਕਰੋ, ਪਰ ਜਾਣ ਤੋਂ ਪਹਿਲੇ ਇੱਕ ਸੂਫੀ ਨਗਮਾ ਜਿਹੜਾ ਤੁਹਾਡੀ ਫਰਮਾਇਸ਼ 'ਤੇ ਤੁਸੀਂ ਕੋਈ ਸੁਣਨਾ ਚਾਹੋਗੇ? ਇਹਨਾਂ ਮੈਨੂੰ ਇਹਨਾਂ ਦਾ ਇੱਕ ਗਾਣਾ ਬਹੁਤ ਪਸੰਦ ਹੈਗਾ, ਐਕਚੁਲੀ ਕਾਫੀ ਗਾਣੇ ਨੇ ਉਹਨਾਂ 'ਚੋਂ, ਖੈਰ ਮੈਨੂੰ ਬੂਹੇ ਬਾਰੀਆਂ ਇੱਕ ਟਰੈਕ ਹੈਗਾ ਜਿਹੜਾ ਇਹਨਾਂ ਨੇ ਗਾਇਆ ਸੀ, ਦੈਟਸ ਮਾਈ ਫੇਵਰੇਟ, ਇਫ ਯੂ ਕੈਨ ਸਿੰਗ 2 ਲਾਈਨਸ। ਤੇਰੇ ਬਿਨਾ ਜੀਣਾ ਨਹੀਂ, ਸੁਣ ਸਾਥੀਆ ਸੁਣ ਸਾਥੀਆ, ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ, ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ, ਆਵਾਂਗੀ ਹਵਾ ਬਣ ਕੇ, ਬੂਹੇ ਬਾਰੀਆਂ ਹੈ ਬੂਹੇ ਬਾਰੀਆਂ। ਥੈਂਕ ਯੂ ਸੋ ਮਚ। ਤੁਹਾਡੀ ਆਵਾਜ਼ ਜਿਹੜੀ ਹੈ ਅਤੇ ਤੁਹਾਡੀ ਅਦਾਕਾਰੀ ਜਿਹੜੀ ਹੈ, ਮੈਨੂੰ ਕਹਿ ਬੂਹੇ ਬਾਰੀਆਂ ਟੱਪਣ ਦੀ ਲੋੜ ਨਹੀਂ, ਦਿਲਾਂ 'ਤੇ ਦਸਤਕ ਜ਼ਰੂਰ ਦੇਗੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।